ટીસી ચેનલ ਤੇ અમર ਸਿੰਘ ਪੁੱਲਰ ਇਨਫੋਕਸ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਡੇ ਬਹੁਤ ਸਾਰੇ ਲੀਡਰ ਜੋ ਪੰਜਾਬ ਤੋਂ ਜਦੋਂ ਵੀ ਕੈਨੇਡਾ ਦੇ ਵਿੱਚ ਜਾਂਦੇ ਨੇ ਤੇ ਸਾਨੂੰ ਉਸ ਗੱਲ ਦੀ ਬਹੁਤ ਖੁਸ਼ੀ ਵੀ ਹੁੰਦੀ ਹੈ ਤੇ ਇਚਾਰਾ ਵੀ ਹੁੰਦੀ ਹੈ ਕਿ ਅਸੀਂ ਉਹਨਾਂ ਤੋਂ ਹਾਲਚਾਲ ਜਾਣ ਸਕੀਏ ਕਿ ਪੰਜਾਬ ਦੇ ਵਿੱਚ ਕਿਹੋ ਜਿਹਾ ਹਾਲ ਹੈ ਕਿਸ ਤਰੀਕੇ ਨਾਲ ਉੱਥੇ ਸਰਕਾਰਾਂ ਚੱਲ ਰਹੀਆਂ ਨੇ ਕਿਸ ਤਰੀਕੇ ਦੇ ਨਾਲ ਲੋਕਾਂ ਦਾ ਰਹਿਣ ਸਹਿਣ ਦੇ ਵਿੱਚ ਕੋਈ ਫਰਕ ਪਿਆ ਸੋ ਅੱਜ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਮਹਿਮਾਨ ਨੇ ਉਚੇਚਿਤ ਤੌਰ ਤੇ ਇੰਡੀਆ ਤੋਂ ਆਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬਾਦਲ ਸਰਕਾਰ ਦੇ ਵੀ ਸੀਨੀਅਰ ਕੈਬਨਿਟ ਮੰਤਰੀ ਹੈ ਸਰਦਾਰ ਸਜੀਤ ਸਿੰਘ ਰਖੜਾ ਜੀ ਰਖੜਾ ਸਾਹਿਬ ਤੁਹਾਡਾ ਨਿਗਾ ਸਵਾਗਤ ਜੀ ਬਹੁਤ ਧੰਨਵਾਦ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਤੇ ਪੰਜਾਬ ਤੋਂ ਆਇਓ ਕੀ ਹਾਲ ਹੈ ਪੰਜਾਬ ਦਾ ਦੇਖੋ ਪੰਜਾਬ ਬਹੁਤ ਵਧੀਆ ਚੱਲ ਰਿਹਾ ਹੈ ਪਰ ਜੋ ਸਰਕਾਰ ਨੇ ਪ੍ਰੋਮਿਸਡ ਕੀਤੇ ਵੱਡੇ ਪ੍ਰੋਮਿਸ ਕਿਤੇ ਜੀ ਉਹ ਤੋਂ ਲੋਕ ਸੰਤੁਸ਼ਟ ਨਹੀਂ ਗਏ ਕਿਉਂਕਿ ਐਡੇ ਐਡੇ ਵਾਅਦੇ ਕਰ ਲਏ ਕੈਪਟਨ ਸਰਕਾਰ ਨੇ ਕਿ ਜਿਹੜੇ ਉਹ ਫulfillਤਾ ਕੀ ਹੁਣ ਤੇ ਉਹਦੇ ਨੇੜੇ ਤੇ ਵੀ ਨਹੀਂ ਪਹੁੰਚ ਰਹੇ ਤੇ ਸਰਕਾਰ ਪੰਜਾਬ ਚ ਰਹਿਣ ਦੀ ਬਜਾਏ ਤੇ ਮਨਾਲੀ ਜਾਦੀ ਰਹਿੰਦੀ ਹੈ ਹਿਮਾਚਲ ਜਾਦੀ ਰਹਿੰਦੀ ਹੈ Shimla ਜਾਦੀ ਰਹਿੰਦੀ ਹੈ ਜਿੰਨਾ ਚਿਰ ਤੁਸੀਂ ਕੰਮ ਨਾ ਕਰੋਗੇ ਉਹਨਾਂ ਚਿਰ ਲੋਕਾਂ ਦੀ ਤਸੱਲੀ ਨਹੀਂ ਹੈ ਵਿਦੇਸ਼ਾਂ ਤੋਂ ਤਾਂ ਤੁਹਾਡੀ ਸਰਕਾਰ ਵੇਲੇ ਬੜੀ ਨੁਕਤਾਚੀ ਨਹੀਂ ਹੋਈ ਸੀ ਕਿ ਬਹੁਤ ਸਾਰੇ ਅਕਾਲੀ ਸਰਕਾਰ ਜਿਹੜੀਆਂ ਗੱਲਾਂ ਕਹਿ ਰਹੀਆਂ ਨਹੀਂ ਕਰਦੀਆਂ ਤੇ ਉਹਨਾਂ ਦਾ ਕੀ ਹਾਲ ਰਿਹਾ ਦੇਖੋ ਇੱਕ ਜਿਵੇਂ ਦੁੱਧਾ ਵਾਲ ਆਉਂਦਾ ਹੈ ਇਦਾਂ ਆਇਆ ਹਾਂਜੀ ਇੱਕ ਲਹਿਰ ਚੱਲੀ ਐਨ ਆਰ ਆਈ ਦੀ ਬਾਹਰਲੇ ਮੁਲਕਾਂ ਦੀ ਮੈਂ ਬਹੁਤ ਸਤਿਕਾਰ ਕਰਦਾ ਜਿਹੜੇ ਸਾਡੇ ਐਨ ਆਰ ਆਈ ਭਰਾ ਚਾਹੇ ਸਾਡੇ ਹੱਕ ਚ ਰਹੇ ਜਾਂ ਸਾਡੇ ਖਿਲਾਫ ਰਹੇ ਪਰ ਇਹਨਾਂ ਨੇ ਸਾਡਾ ਨਾਮ ਉੱਚਾ ਬਹੁਤ ਕੀਤਾ ਚਾਹੇ ਸਿਆਸਤ ਪੱਖੋਂ ਕਹ ਲਈਏ ਚਾਹੇ ਵਿਨਸਪਖੋਂ ਕਹ ਲਈਏ ਜਾਂ ਕਿਤੇ ਪ੍ਰੋਫੈਸ਼ਨਲੀ ਡਾਕਟਰ ਇੰਜੀਨੀਅਰ ਪੱਖੋਂ ਕਹ ਲਈਏ ਇਹਨਾਂ ਨੇ ਸੱਲਾ ਪੰਜਾਬ ਹੀ ਨਹੀਂ ਸਾਰੀ ਦੁਨੀਆ ਦੇ ਵਿੱਚ ਇੱਕ ਨਵਾਂ ਪੈਦਾ ਕੀਤਾ ਜਿਹਦੇ ਨਾਲ ਪੰਜਾਬੀਆਂ ਦਾ ਬਹੁਤ ਵੱਡਾ ਮਾਣ ਵਧਿਆ ਸੋ ਇਸ ਗੱਲ ਦੀ ਵਡਿਆਈ ਤਾਂ ਹੋਈ ਨਹੀਂ ਸਕਦੀ ਨਾ ਕੋਈ ਲਫ਼ਜ਼ ਬਣ ਸਕਦੇ ਨੇ ਇਸ ਗੱਲ ਦੇ ਲਈ ਸੋ ਇਹਨਾਂ ਦਾ ਮੈਂ ਧੰਨਵਾਦ ਕਰਦਾ ਪਰ ਇੱਕ ਵਾਰੀ ਕਿਉਂਕਿ ਸਾਡੀ ਜਦੋਂ ਵੀ ਸ਼ੋਮਨੀ ਕਾਲੀਦਾਲ ਦੀ ਸਰਕਾਰ ਬਣੀ ਹੈ ਕਦੇ 2.5 ਸਾਲ ਤੋਂ ਪਹਿਲਾਂ ਚੱਲੀ ਨਾ ਕਦੇ ਕਾਂਗਰਸ ਨੇ ਤੋੜਤੀ ਕਦੇ ਕੋਈ ਬੰਦੇ ਖੜੇ ਕਰਤੇ ਤੇ ਇਦਾਂ ਹੀ ਸਾਡਾ ਯਾ ਪਿਆ ਪਹਿਲੀ ਵਾਰੀ 97 ਦੇ ਵਿੱਚ ਸਾਡੀ ਸਰਕਾਰ ਬਣੀ ਜਿਹੜੀ 5 ਸਾਲ ਚੱਲੀ ਉਹਦੇ ਚ ਵੀ ਥੋੜਾ ਸਾਬ ਨਾਲ ਥੋੜੀ ਜਿਹੀ ਡਿਫਰੈਂਸ ਜ ਹੋ ਗਈ ਜੀ ਤੇ ਉਸ ਤੋਂ ਬਾਅਦ ਦੇ ਵਿੱਚ ਜਦੋਂ 7 ਦੇ ਵਿੱਚ ਸਾਡੀ ਸਰਕਾਰ ਬਣੀ ਲਗਾਤਾਰ 10 ਸਾਲ ਸਰਕਾਰ ਚੱਲਣੀ ਬਹੁਤ ਵੱਡੀ ਗੱਲ ਸੀ ਹਾਂਜੀ ਉਹ ਕਈ ਲੋਕਾਂ ਨੂੰ ਹਜਮ ਨਹੀਂ ਸੀ ਵੀ ਆ ਰਹੀ ਜੀ ਕੱਲੀ ਇਹ ਹੀ ਗੱਲ ਨਹੀਂ ਤੁਸੀਂ ਆਮ ਵੀ ਸੁਣਿਆ ਹੁਣ ਕਿ ਸੁਖਵੀਰ ਬਹੁਤ ਵੱਡੀਆਂ ਵੱਡੀਆਂ ਗੱਲਾਂ ਮਾਰਦਾ ਹੈ ਕਿ ਕੱਪ ਮਾਰ ਜਾਂਦਾ ਹੈ ਇਹ ਆਮ ਸਾਡੇ ਵਿਰੋਧੀਆਂ ਨੇ ਗੱਲਾਂ ਕਹਿਦੀਆਂ ਬਿਲਕੁਲ ਬਿਜਲੀ ਵਾਲੇ ਜਦੋਂ ਉਹਨਾਂ ਨੇ ਐਲਾਨ ਕੀਤਾ ਸੀ ਲੋਕਾਂ ਨੇ ਕਿਹਾ ਸੀ ਕਿ ਬਿਜਲੀ ਕਿਵੇਂ ਸਰਪਲਸ ਹੋ ਜੀ ਮੁਖੌਲ ਲੜਾਇਆ ਕਿ ਤੁਸੀਂ ਸਰਪਲਸ ਦੀ ਗੱਲ ਕਰਦੇ ਹੋ ਤੁਸੀਂ ਆਪਣੀ ਪੂਰੀ ਗੱਲ ਨੂੰ ਇਹੀ ਬਹੁਤ ਵੱਡੀ ਗੱਲ ਹੈ ਹਾਂਜੀ ਪਰ ਤੁਸੀਂ ਪਿੱਛੇ ਤੱਕ ਚਲੇ ਚੱਲੋ ਹਾਂਜੀ ਜਿੰਨੇ ਥਰਮਲ ਪਲਾਂਟ ਲਾਏ ਨੇ ਹਮੇਸ਼ਾ ਸ਼ੋਮਨੀ ਅਕਾਲੀ ਦਲ ਦੀ ਸਰਕਾਰ ਵਕਤ ਲੱਗੇ ਨੇ ਜੀ ਜਿੰਨੇ 에ਅਰਪੋਰਟ ਬਣੇ ਨੇ ਸ਼ੋਮਨੀ ਅਕਾਲੀ ਦਲ ਦੀ ਸਰਕਾਰ ਵਕਤ ਬਣੇ ਨੇ ਜੀ ਤੇ ਜਿੱਦੇ ਬਿਜਲੀ ਸਰਪਲਸ ਹੋਗੀ ਅਸੀਂ ਰਾਜਪ੍ਰੇਥਨ ਪਾਰ ਲਾਤਾ ਤੇ ਸਾਰੇ ਹੋਰ ਸਰਪਲਸ ਚੱਲ ਪਏ ਬਿਜਲੀ ਸਰਪਲਸ ਹੋਗੀ ਫਿਰ ਕਹਿਣ ਲੱਗੇ ਹਾਂ ਜੀ ਜੋ ਸੁਖਵੀਰ ਕਹਿੰਦਾ ਉਹ ਪੂਰਾ ਕਰਦਾ ਹੈ ਅੱਛਾ ਪਾਣੀ ਦੀ ਬਾਤ ਚੱਲਣ ਦੀ ਪੰਜਾਬ ਦੇ ਲੋਕ ਤਾਂ ਉਹੀ ਹੈਰਾਨ ਸੀ ਕਿ ਪਾਣੀ ਦੀ ਬਸ ਕਿਵੇਂ ਚੱਲ ਸਕਦਾ ਤੁਸੀਂ ਉਹ ਵੀ ਚਲਾ ਕੇ ਦਿਖਾ ਦਿਓ ਦੇਖੋ ਇੱਕ ਤਾਂ ਬਸਾਂ ਪਹਿਲੇ ਨਹੀਂ ਚਲਦੀਆਂ ਅਸੀਂ ਕੀ ਹੁੰਦਾ ਹੈ ਕਿ ਜਦੋਂ ਆਪਾਂ ਕੋਈ ਵੱਡੀ ਸੋਚ ਲੈ ਕੇ ਚੱਲਾਂਗੇ ਜੀ ਲੋਕਾਂ ਦੇ ਕਈ ਵਾਰ ਦਿਮਾਗ 'ਚ ਨਹੀਂ ਆਉਂਦੀ ਮੈਂ ਆਪਣੀ ਗੱਲ ਦੱਸਦਾ ਵੀ ਸਾਡੀ ਗੱਲ ਹੋਈ ਕਿ ਵੀ ਅਮਰੀਕਾ ਦਾ ਕੰਮ ਇੰਡੀਆ ਜਾ ਕੇ ਕਰਨਾ ਹੈ ਹਾਂਜੀ ਮੈਂ ਮਨ ਨੂੰ ਤਿਆਰ ਨਹੀਂ ਸੀ ਵੀ ਜਰ ਇੰਡੀਆ 'ਚ ਕੰਮ ਕਿਵੇਂ ਕਰ ਲਵਾਂਗੇ ਬਿਲਕੁਲ ਤੇ ਅਸੀਂ ਬੈਠੇ ਸਮਝਾਇਆ ਉਹਨਾਂ ਨੇ ਕਿ ਵੀ ਆਪਣਾ ਮਿਲਵਕੀਏ ਵਿੱਚ ਦਫ਼ਤਰ ਹੈ ਆਪਣੀ ਯੂਨੀਵਰਸਿਟੀਟਾਂ ਦੇ ਵਿੱਚ ਕੰਮ ਚੱਲਦਾ ਹੈ ਆਪਾਂ ਇਸ ਦਫ਼ਤਰ ਤੋਂ ਕੰਮ ਚਲਾਉਨੇ ਆ ਜਿਵੇਂ ਇੱਥੋਂ ਚਲਾਉਨੇ ਆ ਇਦਾਂ ਹੀ ਆਪਾਂ ਪਟਿਆਲਾ 'ਚ ਕੰਮ ਚਲਾ ਲਾਏ ਹਾਂ ਹਾਂਜੀ ਪਰ ਜਦੋਂ ਪ੍ਰੈਕਟੀਕਲ ਦੇ ਵਿੱਚ ਚੱਲ ਪਿਆ ਫਿਰ ਮੇਰੀ ਵੀ ਤਸੱਲੀ ਕਿ ਕਦੇ ਟਾਈਮ ਤੋਂ ਲੇਟ ਨਹੀਂ ਆਉਣਾ ਹਾਂਜੀ ਜੋ ਵਾਦਾ ਕਰਨਾ ਉਹ ਪੂਰਾ ਕਰਨਾ ਹੈ ਬਿਲਕੁਲ ਮੈਨੂੰ ਯਾਦ ਹੈ ਜਦੋਂ ਸਨਮੇ ਸਰਕਾਰ ਬਣੀ ਉਹਦੇ ਵਿੱਚ ਪ੍ਰੋਟੈਕਸ਼ਨ ਨਾ ਆਈ ਨੀ ਸੀ ਜੀ ਤੇ ਬਾਦਲ ਸਾਹਿਬ ਨੇ ਅਨਾਉਂਸ ਕੀਤਾ ਵੀ ਮੇਰੀ ਜੇ ਸਰਕਾਰ ਬਣ ਗਈ ਮੈਂ ਫਾਰਮਰ ਦੀ ਬਿਜਲੀ ਮੋਟਰਾਂ ਦੀ ਮਾਫ ਕਰ ਦੂੰਗਾ ਬਿਲਕੁਲ ਐਸਸੀ ਪਾਈਚਰ ਦਾ 200 ਜੁਟ ਮਾਫ ਕਰ ਦੂੰਗਾ ਲੋਕਾਂ ਨੇ ਬਹੁਤ ਗੱਲਾਂ ਕੀਤੀਆਂ ਕਿ ਅਸੀਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਹੀ ਬਣਾਉਣੀ ਹੈ ਇਹਨੂੰ ਮੁੱਖ ਮੰਤਰੀ ਬਣਾਉਣਾ ਪਰ ਇਹ ਝੂਠ ਕਿਉਂ ਬੋਲੀਆਂ ਜਾਂਦਾ ਹੈ ਕਿਹੜੀ ਤਾਕਤ ਹੈ ਦੇ ਕੋਲ ਕਿ ਇਹ ਬਿਜਲੀ ਦੇ ਮੋਟਰਾਂ ਦੇ ਬਿੱਲ ਮਾਫ ਕਰ ਦੂਗਾ 200 ਜਿੰਟ ਐਸੀ ਭਾਈਚਾਰਾ ਮਾਫ ਕਰ ਦੂਗਾ ਕੋਈ ਵਿਸ਼ਵਾਸ ਨਹੀਂ ਸੀ ਕਰਦਾ ਪਰ ਜਦੋਂ ਸਰਕਾਰ ਬਣੀ ਪਹਿਲੀ ਕੈਬਨ ਮੀਟਿੰਗ ਹੋਈ ਬਾਲਸਾਨੇ ਬਿੱਲ ਮਾਫ ਕਰਦੇ ਆ 15 ਸਾਲ ਕਦੇ ਇਹ ਗੱਲ ਕੀਤੀ ਨਹੀਂ ਕਿ ਵੀ ਮੈਂ ਬਿੱਲ ਆਉਣੇ ਨੇ ਅੱਛਾ ਰਖੜਾ ਸਾਹਿਬ ਜੇ ਆਪਾਂ ਦੇਖੀਏ ਤੁਹਾਡੀ ਸਰਕਾਰ ਵਲੇ ਬੜੀ ਬਾਹਰ ਵੀ ਵਿਦੇਸ਼ਾਂ 'ਚ ਇਹ ਗੱਲ ਚੱਲਦੀ ਜੀ ਕਿ ਪੰਜਾਬ ਦੇ ਵਿੱਚ ਡਰੱਗ ਬਹੁਤ ਚੱਲ ਰਹੀ ਆ ਰੇਤਾ ਦੀ ਲੁੱਟਖਸਟ ਹੋ ਰਹੀ ਆ ਦੇ ਕ੍ਰਾਈਮ ਵਧ ਰਿਹਾ ਤੇ ਹੁਣ ਤਾਂ ਸਾਲ ਤੋਂ ਵੱਧ ਹੋ ਗਿਆ ਸਰਕਾਰ ਬਦਲ ਗਈ ਹੁਣ ਹਾਲਾਤ ਠੀਕ ਨੇ ਦੇਖੋ ਕ੍ਰਾਈਮ ਗੈਂਗਸਟਰ ਡਰੱਗ ਰੇਤਾਬਾਈ ਜੋ ਸਾਡੇ ਟਾਈਮ ਦੇ ਸਾਡੇ ਅਲਿਗੇਸ਼ਨ ਸਾਡੇ ਤੇ ਲੱਗੇ ਅੱਜ ਉਹਦੇ ਨਾਲ ਅੱਜ ਤੁਸੀਂ ਐਮਐਲਏ ਕਾਂਗਰਸ ਦਾ ਬਿਆਨ ਪੜ੍ਹਿਆ ਹੈ ਕਿ ਡਰੱਗ ਹੁਣ ਘਰ ਘਰ ਵੇਚਣ ਲੱਗੀ ਗਲੀ ਗਲੀ ਵੇਚਣ ਲੱਗੀ ਜੇ ਕੈਪਟਨ ਸਾਹਿਬ ਨੂੰ ਨਹੀਂ ਦਿਖਦੀ ਤਾਂ ਮੈਨੂੰ ਪੁੱਛ ਲਵੇ ਮੈਂ ਦੱਸ ਦਿੰਦਾ ਕਿੱਥੇ ਕਿੱਥੇ ਵੇਚਦੀ ਹੈ ਹਾਂਜੀ ਤੇ ਜਿਹੜਾ ਰਿੱਤਾ ਬਾਈ ਦੀ ਸਾਡੇ ਟਾਈਮ 'ਚ ਤਵਾ ਲੱਗਦਾ ਸੀ 100 ਰੁਪਏ ਅਸੀਂ ਫੁੱਟ ਮਿਲਦਾ ਸੀ ਪਰ ਮਹਿੰਗਾ ਸੀ ਮੈਂ ਐਡਮਿਟ ਕਰਦਾ ਕਿ 100 ਰੁਪਏ ਵੀ ਮਹਿੰਗਾ ਹੈ ਰਿੱਤਾ ਹੈ ਜਿਹੜਾ ਸਾਨੂੰ ਮੁਫਤ ਮਿਲਦਾ ਸੀ 100 ਰੁਪਏ ਫੁੱਟ ਮਿਲਦਾ ਪਰ ਅੱਜ ਉਹ 40 ਰੁਪਏ ਫੁੱਟ ਹੋ ਗਿਆ ਤੇ ਜਿਹੜੇ ਮੰਤਰੀ ਸਾਹਿਬ ਸੀ ਉਹ ਤਾਂ ਕਾਰੀ ਬੈਠ ਗਏ ਤੇ ਇਸੇ ਤਰ੍ਹਾਂ ਗੈਂਗਸਟਰ ਬਾਰ ਹੁਣ ਕੋਈ ਸੇਫਟੀ ਵਾਲੀ ਗੱਲ ਨਹੀਂ ਰਹੀ ਰਖੜਾ ਸਾਹਿਬ ਗੱਲਾਂ ਹੋਰ ਵੀ ਬਹੁਤ ਨੇ ਬਰ ਸਮਾਂ ਹੋ ਗਿਆ ਇੱਕ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਅਸੀਂ ਵਾਪਸ ਮੁੜਦੇ ਹਾਂ ਤੇ ਹੋਰ ਵੀ ਪੁੱਛਦੇ ਹਾਂ ਰਖੜਾ ਸਾਹਿਬ ਤੋਂ ਗੱਲਾਂ ਬਾਤਾਂ ਪੰਜਾਬੀਆਂ ਦੀਆਂ ਮਰੇ ਤੋਂ ਬਾਅਦ ਅਸੀਂ ਇੱਕ ਵਾਰ ਫਿਰ ਆਜਾਣਾ ਸਾਡੀ ਗੱਲਬਾਤ ਹੋ ਰਹੀ ਹੈ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਰਦਾਰ ਸਜੀਤ ਸਿੰਘ ਰਖੜਾ ਜਿਹੜੇ ਅੱਜ ਕੱਲ ਅਮਰੀਕਾ ਕੈਨੇਡਾ ਦੀ ਫੇਰੀ ਤੇ ਨੇ ਅਸੇ ਰਖੜਾ ਸਾਹਿਬ ਤੁਸੀਂ ਪ੍ਰਵਾਸੀਆਂ ਲਈ 10 ਸਾਲਾਂ ਦੇ ਵਿੱਚ ਕੀ ਕوشਿਸ਼ ਕੀਤਾ ਤੇ ਉਹਦਾ ਤੁਹਾਨੂੰ ਕੀ ਫਲ ਦਿੱਤਾ ਪ੍ਰਵਾਸੀਆਂ ਨੇ ਦੇਖੋ ਭੁੱਲ ਸਾਹਿਬ ਤੁਸੀਂ ਵੀ ਕੈਨੇਡਾ ਦੇ ਵਿੱਚ ਰਹਿੰਦੇ ਹੋ ਜੀ ਤੁਸੀਂ ਸਾਰੀਆਂ ਸਰਕਾਰਾਂ ਵੀ ਦੇਖੀਆਂ ਨੇ ਜੋ ਕਮ ਸ਼ੋਮਣੀ ਕਾਲੀ ਦਾ ਤੇ ਭਾਰਤੀ ਜਨਤਾ ਪਾਰਟੀ ਸਰਕਾਰ ਨੇ ਕੀਤਾ ਜੀ ਕੋਈ ਬੰਦੇ ਨੇ ਕਦੇ ਡੀਮ ਨਹੀਂ ਲਿਆ ਹੋਣਾ। ਇਤੋਂ ਸਾਨੂੰ ਪਤਾ ਲੱਗਿਆ ਕਿ ਕਈ ਵਾਰੀ ਕਈ ਐਨਆਰਆਈ ਭਰਾ ਜਾਂਦੇ ਨੇ ਉਥੇ ਥਾਣੇ 'ਚ ਰੈਪੋਰਟ ਲਖਾਤੀ ਤੇ ਪੁਲਸ ਵਾਲੇ ਫੜਕੇ ਲਏ ਉਹਦੀ ਬੇਇਜ਼ਤੀ ਕਰਤੀ ਤੇ ਉਹ ਬੰਦਾ ਭੱਜ ਕੇ ਵਾਪਸ ਆਉਣ ਦੀ ਗੱਲ ਕਰਦਾ ਸੀ। ਸਾਨੂੰ ਕਿਹਾ ਅਸੀਂ ਸਪੈਸ਼ਲ ਥਾਣੇ ਬਣਾਤੇ। ਅਸੀਂ ਇੱਕ ਪੰਜਾਬ ਲੈਵਲ ਦਾ ਆਈਜੀ ਲਾਤਾ ਉਹਦੇ ਉੱਤੇ। ਜੀ। ਫਿਰ ਚੱਲਿਆ ਕਿ ਕੋਰਟਾਂ ਦੇ ਵਿੱਚ ਬਹੁਤ ਲੰਮੇ ਕੇਸ ਚੱਲਦੇ ਨੇ। ਇੰਨਾ ਟਾਈਮ ਨਹੀਂ ਕਰ ਸਕਦੇ। ਅਸੀਂ ਸਪੈਸ਼ਲ ਕੋਰਟਾਂ ਬਣਾਤੀ ਉਹਦੇ ਲਈ ਐਨਆਰਆਈ ਲਈ ਐਨਆਰਆਈ ਦੇ ਲਈ। ਜੀ। ਤੇ ਹਰ ਸਾਲ ਅਸੀਂ ਐਨਆਰਆਈ ਸਮੇਲਨ ਕਰਾਉਣੇ ਸ਼ੁਰੂ ਕਰਦੇ ਤਾਂ ਕਿ ਉੱਥੇ ਤੁਹਾਡੇ ਪੋਲੀਟਿਕਲ ਲੀਡਰ ਵੀ ਜਾਣ ਜੇ ਤੁਹਾਡੇ ਮੇਨ ਬੰਦੇ ਨੇ ਉਹ ਵੀ ਜਾਣ ਆਮ ਬੰਦੇ ਵੀ ਜਾਣ ਆਪਣੀਆਂ ਪ੍ਰੋਬਲਮਾਂ ਦੱਸਣ ਉਹ ਪ੍ਰੋਬਲਮਾਂ ਸੁਣ ਕੇ ਉਹਦਾ ਹੱਲ ਕਰੀਏ ਫਿਰ ਬਹੁਤ ਐਨਆਰਆਈ ਭਰਾਵਾਂ ਨੇ ਗੱਲ ਕੀਤੀ ਕਿ ਅਸੀਂ ਆਪਣੇ ਪਿੰਡ ਦਾ ਕੰਮ ਕਰਨਾ ਚਾਹੁੰਦੇ ਹਾਂ ਡਵੈਲਪਮੈਂਟ ਕਰਾਉਣੇ ਚਾਹੁੰਦੇ ਹਾਂ ਪਰ ਮੈਂ ਉਹਦਾ ਨਾਮ ਆਪਣੇ ਪਿਤਾ ਜੀ ਦੇ ਨਾਮ ਉੱਤੇ ਰੱਖਣਾ ਚਾਹੁੰਦੇ ਹਾਂ ਆਪਣੀ ਮਾਤਾ ਜੀ ਦੇ ਨਾਮ ਉੱਤੇ ਰੱਖਣਾ ਚਾਹੁੰਦੇ ਹਾਂ ਜੀ ਤੇ ਮੈਂ ਬਾਲ ਸਾਹ ਨੂੰ ਬੇਨਤੀ ਕੀਤੀ ਬਾਲ ਸਾਹਿਬ ਪੰਜਾਬ ਸਰਕਾਰ ਨੇ ਡਿਵੈਲਪਮੈਂਟ ਕਰਾਉਣਾ ਪੰਜਾਬ ਸਰਕਾਰ ਦੀ ਡਿਊਟੀ ਹੈ ਹਾਂਜੀ ਪਰ ਜੇ ਇਹ ਪਾਰਟਿਸਿਪੇਟ ਕਰਨ ਆਪਾਂ ਵੀ ਪਾਰਟਿਸਿਪੇਟ ਕਰ ਦਈਏ ਇਹਨਾਂ ਨੂੰ ਇਕੱਲੇ ਨੂੰ ਨਾ ਕਰਨ ਦਿਓ ਆਪਾਂ ਵੀ ਉਹਦੇ ਵਿੱਚ ਕਰੀ ਅਸੀਂ ਕਿਹਾ ਕਿ 50% ਪੰਜਾਬ ਸਰਕਾਰ ਪਾਊਗੀ 50% ਐਨਆਰਆਈ ਲਾਊਗਾ ਜੋ ਮਰਜ਼ੀ ਕੰਮ ਕਰ ਲੈਵੇ ਜੋ ਮਰਜ਼ੀ ਨਾ ਰੱਖ ਲੈਵੇ ਜੀ ਕੰਮ ਸ਼ੁਰੂ ਹੋ ਗਿਆ ਅਸੀਂ ਐਨਆਰਆਈਸ ਮਿਲਣ ਕਰਾਇਆ ਇੱਥੋਂ ਬਹੁਤ ਭਰਾ ਗਏ ਤੇ ਉਹਨਾਂ ਨੇ ਸਾਡੇ ਲਈ ਹੁਕਮ ਕੀਤਾ ਕਿ ਜੀ 50-50% ਕੋਈ ਜ਼ਿਆਦਾ ਹੀ ਹੈ ਕੁਝ ਘੱਟ ਕਰ ਲਓ ਅਸੀਂ ਕਿਹਾ ਵੀ ਦੱਸੋ ਕੀ ਚਾਹੁੰਦੇ ਹੋ ਉਹ ਕਹਿੰਦੇ 25-75 ਕਰ ਲਓ ਉਹ ਗਾਲ ਜੀ ਸਾਹਿਬ ਨੇ ਉਸੇ ਸਟੇਜ ਦੇ ਉੱਤੋਂ ਅਨਾਉਂਸ ਕਰਤਾ ਵੀ ਹੁਣੇ ਅੱਜੇ 25-75 ਦੀ ਰੇਸ਼ੋ ਹੋ ਗਈ ਅੱਜ ਵੀ ਕੋਈ ਬੰਦਾ ਆਪਣੇ ਪਿੰਡ ਦਾ ਕੰਮ ਕਰਵਾਉਣਾ ਚਾਹੁੰਦਾ ਹੈ ਤਾਂ ਦੱਸ ਦਿਓ ਅੱਜੇ ਸ਼ੁਰੂ ਕਰ ਲਓ ਕੋਈ ਦਿੱਕਤ ਆਈ ਗਲ ਨਹੀਂ ਪੰਜਾਬ ਸਰਕਾਰ ਅੱਜੇ 75% ਪੈਸੇ ਉਹਦੇ ਵਿੱਚ ਪਾਉਣ ਨੂੰ ਤਿਆਰ ਹੈ ਸੋ ਸਾਡੇ ਲਈ ਤਾਂ ਐਨਆਰਆਈ ਦਾ ਕਿਉਂਕਿ ਐਨਆਰਆਈ ਨੇ ਸਾਨੂੰ ਬਹੁਤ ਵੱਡੀ ਗੁੱਡਵਿਲ ਲੈ ਕੇ ਦਿੱਤੀ ਐ ਸਾਬ ਕਬੱਡੀ ਇੱਕ ਸ਼ੁਰੂ ਕੀਤੀ ਸੀ ਸਾਸਵੀ ਸਿੰਘ ਬਾਦਲ ਨੇ ਮੇਰਾ ਖਿਆਲ ਆ ਪਹਿਲੀ ਵਾਰ ਇੰਨੇ ਦੁਨੀਆ ਦੇਸ਼ਾਂ ਤੋਂ ਕਬੱਡੀ ਦੀਆਂ ਟੀਮਾਂ ਆਉਂਦੀਆਂ ਸੀ ਆ ਕੀ ਹੁਣ ਮੌਜੂਦਾ ਸਰਕਾਰ ਵੱਲੋਂ ਕੰਟੀਨਿਊ ਰੱਖੀ ਜਾ ਰਹੀ ਹੈ ਕੋਟੀ ਨਾ ਤਾਂ ਕੋਈ ਅੱਜ ਐਨਆਰਆਈ ਸਮਿਲਨ ਹੋ ਰਿਹਾ ਹਾਂਜੀ ਨਾ ਕਬੱਡੀ ਹੋ ਰਹੀ ਹੈ ਹੁਣ ਕੀ ਹੋ ਰਿਹਾ ਥਾਣੇ ਜਿਹੜੇ ਖੁੱਲੇ ਸੀ ਉਹ ਵੀ ਬੰਦ ਹੋ ਰਹੇ ਨੇ ਕੋਟਾਂ ਦਾ ਕੰਮ ਵੀ ਨਾ ਉਹਦੇ ਬਰਾਬਰੀ ਹੈ ਇੱਕ ਕਮਿਸ਼ਨ ਬਣਾਇਆ ਸੀ ਐਨਆਰਆਈ ਕਮਿਸ਼ਨ ਕਮਿਸ਼ਨਰੀ ਬਣਾਇਆ ਅਸੀਂ ਤਾਂ ਜੋ ਐਨਆਰਆਈ ਨੇ ਕਿਹਾ ਉਹੀ ਕਰਤਾ ਜੀ ਅਸਲ ਚ ਕੀ ਹੋਇਆ ਬਾਦਲ ਸਾਹਿਬ ਹੁਕਮ ਮੰਦੇ ਸੀ ਕਿ ਆਹ ਹੁਕਮ ਆਇਆ ਸਾਨੂੰ ਆਪਾਂ ਇਹ ਇੰਪਲੀਮੈਂਟ ਕਰਨਾ ਇਹਨਾਂ ਭਰਾਵਾਂ ਨੇ ਸਾਨੂੰ ਬਹੁਤ ਬੜੀ ਇੱਜ਼ਤ ਮਾਨ ਲੈ ਕੇ ਦਿੱਤੀ ਐ ਸਾਡਾ ਪੰਜਾਬੀਆਂ ਦਾ ਨਾਂ ਉੱਚਾ ਕੀਤਾ ਐ ਬੜੇ ਬੜੇ ਕੰਮ ਕੀਤੇ ਨੇ ਜੇ ਅਸੀਂ ਇਹਨਾਂ ਦਾ ਕੰਮ ਨਹੀਂ ਕਰਾਂਗੇ ਫਿਰ ਕਿਹਨਾਂ ਦਾ ਕੰਮ ਕਰਾਂਗੇ ਬਿਲਕੁਲ ਪਰ ਉਹ ਕਈ ਵਾਰੀ ਆਪਾਂ ਜਿਹੜਾ ਸੌਖਾ ਜਿਹਾ ਹੋ ਜੇ ਉਹਨੂੰ ਆਪਾਂ ਥੋੜੀ ਜਿਹਾ ਨੈਗੇਟਿਵ ਚ ਲੈ ਜਾਂਦੇ ਆ ਹਾਂਜੀ ਤੇ ਇੱਕ ਸਾਡੇ ਖਿਲਾਫ ਇਕ ਲਹਿਰ ਚੱਲੀ ਵਟਸਐਪ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਖਿਲਾਫ ਇੰਨਾ ਪ੍ਰਪੋਗੈਂਡਾ ਹੋਇਆ ਕਦੇ ਕਿਸੇ ਨੇ ਇਹ ਨਹੀਂ ਗੱਲ ਕੀਤੀ ਕਿ ਦਰਬਾਰ ਸਾਹਿਬ ਦਾ ਕੰਮ ਕਿੰਨਾ ਵਧੀਆ ਹੋਇਆ ਵਿਰਾਸਤ ਤੇ ਖਾਲਸਾ ਦਾ ਪ੍ਰਬੰਧ ਕਿੰਨਾ ਵਧੀਆ ਹੋਇਆ ਤੇ ਇਸੇ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣੀ ਹੈ ਵੱਡਾ ਕੱਲੂ ਕਾਰਾ ਛੋਟਾ ਕੱਲੂ ਕਾਰਾ ਗੁਰੂਦਾਸ ਜੀ ਦੀ ਯਾਦਗਾਰ ਵਾਲਮੀਕੀ ਜੀ ਦੀ ਯਾਦਗਾਰ ਮੇਰਾ ਖਿਆਲ ਹੈ ਵੀ ਕਿੰਨੀਆਂ ਯਾਦਗਾਰਾਂ ਬਣਾਈਆਂ ਤੇ ਜੰਗੇ ਆਜ਼ਾਦੀ ਕਰਤਾਰਪੁਰ ਮੇਰਾ ਖਿਆਲ ਹੈ ਵੀ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਕਿ ਐਡੇ ਐਡੇ ਕੰਮ ਵੀ ਹੋ ਸਕਦੇ ਨੇ ਜਿਹੜੇ ਪ੍ਰਵਾਸੀ ਪੰਜਾਬੀ ਹੋਣ ਜਾਂਦੇ ਨੇ ਜਾਂ ਤੁਹਾਡੀ ਸਰਕਾਰ ਬੜੇ ਗਏ ਕਿੰਨੇ ਕੁ ਲੋਕਾਂ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਬਾਦੋਂ ਸਾਹਿਬ ਦੇ ਕੀਤੇ ਕੰਮਾਂ ਦੀ ਤੇ ਕਿੰਨਿਆਂ ਨੇ ਕਿਸੇ ਨੇ ਕੋਈ ਉਤੇ ਨੁਕਤਾ ਜਿੰਨੇ ਵੀ ਕੀਤੀ ਹੋ ਅੱਜ ਤਾਂ ਲੋਕ ਵੀ ਪ੍ਰਸ਼ੰਸਾ ਕਰ ਰਹੇ ਨੇ ਕਈ ਵਾਰੀ ਤਾਂ ਮਜਬੂਰੀ ਚ ਆ ਕੇ ਕੈਪਟਨ ਸਾਹਿਬ ਨੂੰ ਵੀ ਕਹਿਣਾ ਪੈਂਦਾ ਵੀ ਇਹ ਕੰਮ ਬਹੁਤ ਵਧੀਆ ਹੋਇਆ ਤੁਸੀਂ ਦੇਖਿਆ ਵੀ ਜੰਗੇਜਾਦੀ ਕਰਤਾਰਪੁਰ ਕੈਪਟਨ ਸਾਹਿਬ ਗਏ ਤੇ ਉਹਨੇ ਦੇਖ ਕੇ ਕਿਹਾ ਵੀ ਯਾਰ ਇਹ ਤਾਂ ਕਮਾਲ ਹੀ ਹੋਗੀ ਤਾਂ ਮੈਂ ਹੈਰਾਨੀਆਂ ਵੀ ਇਦਾਂ ਦੀ ਗੱਲ ਵੀ ਹੋ ਸਕਦੀ ਹੈ ਇੰਨਾ ਵਧੀਆ ਬਣਾਇਆ ਇਹ ਡਬਰਾ ਵਿਜਨ ਉਹ ਮੁੱਖ ਮੰਤਰੀ ਬਣ ਕੇ ਪਹਿਲੀ ਵਾਰ ਗਏ ਮੁੱਖ ਮੰਤਰੀ ਬਣ ਕੇ ਪਹਿਲੀ ਵਾਰ ਗਏ ਪਹਿਲਾਂ ਨਹੀਂ ਗਏ ਇਵਨ ਸਿੱਧੂ ਸਾਹਿਬ ਨੇ ਕਹਿਣਾ ਪਿਆ ਜਿਹੜੇ ਸਾਡੇ ਖਿਲਾਫ ਬਹੁਤ ਬੋਲਦੇ ਨੇ ਹਾਂਜੀ ਸਿੱਧੂ ਸਾਹਿਬ ਨੇ ਵੀ ਕਿਹਾ ਵੀ ਬਹੁਤ ਕਮਾਲ ਦੀ ਗੱਲ ਹੈ ਤੇ ਇਕਾਲੀ ਦਲ ਦੇ ਕੀਤੇ ਕੰਮਾਂ ਦੀ ਜਿਹੜੇ ਹੁਣ ਕਾਂਗਰਸ ਦੇ ਆਗੂ ਨੇ ਉਹ ਪ੍ਰਸ਼ੰਸਾ ਕਰ ਰਹੇ ਨੇ ਤੇ ਜਿਹੜੀ ਜਿਮਨੀ ਚੋਣ ਹੋਈ ਉਹਦੇ ਚ ਕੀ ਹੋਇਆ ਤੁਹਾਡਾ ਫਿਰ ਦੇਖੋ ਜਿਮਨੀ ਚੋਣਾ ਅਸੀਂ ਵੀ ਪੰਜ ਇਲੈਕਸ਼ਨ ਜਿੱਤਿਆ ਹੈ ਪੰਜੇ ਜਿੱਤੀਆਂ ਹੈ ਪੰਜੇ ਜਿੱਤੀਆਂ ਨੇ ਚ 65000 ਵੋਟ ਤੇ ਵੀ ਇਲੈਕਸ਼ਨ ਜਿੱਤੀ ਹੈ ਤੇ 38000 ਵੋਟ ਤੇ ਜਿੱਤੇ ਨੇ ਹਾਂਜੀ ਕਾਰਨ ਕੀ ਹੈ ਸਾਡੀ ਇਲੈਕਸ਼ਨ ਬਾਈ ਇਲੈਕਸ਼ਨ ਹਾਰਨ ਦਾ ਕਾਰਨ ਕੀ ਹੈ ਤੇ ਪਲੱਸ ਜਿਹੜੀ ਸਾਡੀ ਹਾਰ ਹੋਈ ਹੈ ਪਿਛਲੇ ਇਲੈਕਸ਼ਨ ਦੇ ਵਿੱਚ ਉਹ ਝੂੜ ਦੇ ਪੁੱਲ ਦੇ ਉੱਤੇ ਸਰਕਾਰ ਬਣੀ ਕਾਂਗਰਸ ਦੀ ਕਿ ਅਸੀਂ ਹਰ ਪਰਿਵਾਰ ਦੇ ਵਿੱਚ ਨੌਕਰੀ ਦੇਵਾਂਗੇ ਕਿਡੇ ਵੱਡਾ ਸਕੂਨ ਮਿਲਦਾ ਹਰ ਬੰਦੇ ਨੂੰ ਕਹਿੰਦਾ ਜੱਜ ਮੇਰੀ ਬੇਟੀ ਨੂੰ ਨੌਕਰੀ ਮਿਲ ਗਈ ਮੇਰੇ ਬੇਟੇ ਨੂੰ ਨੌਕਰੀ ਮਿਲ ਗਈ ਮੇਰੇ ਲਈ ਤਾਂ ਵੱਡੀ ਗੱਲ ਖੜੀ ਹੈ ਕੋਈ ਗੱਲ ਨਹੀਂ ਜੇ ਇੱਕ ਵਾਰ ਸਰਕਾਰ ਨਾ ਹੋਈ ਤਾਂ ਕੱਲ੍ਹ ਜਲਦੀ ਕੋਈ ਗੱਲ ਨਹੀਂ ਕਾਂਗਰਸ ਦੀ ਆ ਜਵੇ ਇਹੀ ਨਹੀਂ ਕਿ ਉਹਨੇ ਕਿਹਾ ਗੁਟਕਾ ਸਾਹਿਬ ਦੇ ਹੱਥ ਉੱਤੇ ਰੱਖ ਕੇ ਕਿਹਾ ਕਿ ਮੈਂ ਘੁੱਟਾ ਸਭ ਸੌਂਖਾ ਹੈਗਾ ਨਾ ਦੂਜਾ ਸਟ੍ਰੈਸ ਕਿ ਚਾਹੇ ਕਮਰਸ਼ੀਅਲ ਬੈਂਕ ਦਾ ਕਰਜ਼ਾ ਹੋਵੇ ਚਾਹੇ ਕੋਪਰੇਟਿਵ ਬੈਂਕ ਦਾ ਕਰਜ਼ਾ ਹੋਵੇ ਚਾਹੇ ਆਰਧਨ ਦਾ ਕਰਜ਼ਾ ਹੋਵੇ ਉਹ ਮੈਂ ਦਊਂਗਾ ਮੇਰੀ ਸਰਕਾਰ ਹੋ ਕਈ ਤਾਂ ਮੇਰੇ ਵਰਗਨ ਵੀ ਅਸੀਂ ਜਦ ਮੈਂ ਆਰਧਨ ਜਦ ਮੈਂ ਕਰਜ਼ਾ ਨਹੀਂ ਵੀ ਦੇ ਮਾਰਦਨ ਕਹੂੰਗਾ ਤੁਸੀਂ 20 ਲੱਖ ਰੁਪਏ ਲਿਖ ਲਓ ਮੇਰਾ ਮਾਫੀ ਹੋ ਜਾਣ ਜੀ ਤੇ ਉਹ ਐਡਾ ਬੜਾ ਲਾਲਚ 스마트ਫੋਨਾਂ ਦਾ ਲਾਲਚ ਅਸੀਂ 500 ਰੁਪਏ ਪੈਨਸ਼ਨ ਦਿੰਦੇ ਸੀ ਲੋਕਾਂ ਦੇ ਵਿੱਚ ਬਹੁਤ ਬੜਾ ਸਕੂਨ ਸੀ ਜਿਹੜੇ ਬੱਚੇ ਸੀ ਛੋਟੇ ਛੋਟੇ ਉਹ ਦੇਖਦੇ ਸੀ ਵੀ ਮਾਸਾ ਜੀ ਨੂੰ ਪੈਨਸ਼ਨ ਮਿਲੋਗੀ ਬਾਬੇ ਨੂੰ ਪੈਨਸ਼ਨ ਮਿਲੋਗੀ 500 ਰੁਪਏ ਉਹ ਕੋਈ ਲੈ ਕੇ ਆਵਾਂਗੇ ਕੈਪਟਨ ਸਾਹਿਬ ਕਿਹਾ ਕੀ ਬਾਤ ਕਰਦੇ 500 ਰੁਪਏ ਮੈਂ 2500 ਰੁਪਏ ਪੈਨਸ਼ਨ ਦਵਾਂਗਾ ਤੇ ਇੱਕ ਵਾਰ ਬੰਦੇ ਦੇ ਮਨ ਦੇ ਵਿੱਚ ਤਾਂ ਗੱਲ ਆਉਂਦੀ ਹੈ ਜੀ ਪਰ ਮੇਰਾ ਖਿਆਲ ਹੈ ਵੀ ਸਰਕਾਰ ਬੰਦ ਤੋਂ ਬਾਅਦ ਜੋ ਸਕੀਮਾਂ ਅਸੀਂ ਚਲਾਈਆਂ ਪੈਨਸ਼ਨ ਵੀ ਬੰਦ ਹੋ ਗਈ ਆਟਾ ਦਾਲ ਵੀ ਬੰਦ ਹੋ ਗਿਆ ਆਟਾ ਦਾਲ ਦੇ ਨਾਲ ਕਹਿੰਦੇ ਕਿ ਉਹ ਵੀ ਦੇਵਾਂਗੇ ਚਾਹ ਦੀ ਪੱਤੀ ਵੀ ਦੇਵਾਂਗੇ ਤੇ ਜੋ ਕੰਮ ਅਸੀਂ ਕੀਤੇ ਸੀ ਜਿੰਨੇ ਡਵੈਲਪਮੈਂਟ ਦੇ ਕੰਮ ਸ਼ੁਰੂ ਕੀਤੇ ਸੀ ਥਾਈਂ ਬੰਦ ਹੋ ਗਏ। ਹੁਣਾ ਜੋ ਅੱਜ ਤੱਕ 14 ਮਹੀਨੇ ਦੇ ਕਰੀਬ ਸਰਕਾਰ ਨੂੰ ਹੋ ਗਏ ਬਣੀ ਨੂੰ ਕਿੰਨੇ ਇੱਕ ਮੰਗਾ ਲੋਕਾਂ ਦੀ ਜਿਹੜੇ ਵਾਅਦੇ ਕੀਤੇ ਤੇ ਚੋਣਾ ਸੀ ਕਿੰਨੇ ਕ ਪੂਰੇ ਕੀਤੇ। ਤੁਸੀਂ ਇੱਥੋਂ ਦੇਖ ਲਓ ਇਹ ਤਾਂ মিডিਆ ਦਾ ਜੁਗਾ ਹੈ। ਹਰ ਚੀਜ਼ মিডিਏ ਦੇ ਉੱਤੇ ਨਾਲ ਦੀ ਨਾਲ ਆ ਜਾਂਦੀ ਹੈ। ਕੋਈ ਗੱਲ ਉੱਥੇ ਹੋ ਜਵੇ, ਕੱਲ ਤੁਸੀਂ ਦੇਖਿਆ ਵੀ ਸਮਾਣੀ ਐਕਸੀਡੈਂਟ ਹੋਇਆ। ਨਾਲ ਦੀ ਨਾਲ ਇੱਥੇ ਖ਼ਬਰ ਪਹੁੰਚ ਗਈ ਸਾਡੇ ਵੀ ਮਾੜਾ ਹੋਇਆ। ਹਾਂਜੀ। ਤੇ ਇਸੇ ਤਰ੍ਹਾਂ ਇੱਕ ਵੀ ਕੰਮ ਸਰਕਾਰ ਤਾਂ ਹਾਲੇ ਹਿਮਾਚਲ ਤੋਂ ਬਾਹਰ ਹੀ ਨਿਕਲਿਆ ਹੈ। ਹਾਲੇ ਮਨਾਈ ਤੋਂ ਬਾਹਰ ਹੀ ਨਿਕਲੀ ਕੋਈ ਜਨਮ ਦਿਨ ਮਨਾ ਲਿਆ ਹੋਰ ਉਸ ਤੋਂ ਬਾਹਰ ਨਿਕਲੀ ਤੇ ਲੋਕਾਂ ਤੱਕ ਪਹੁੰਚ ਨਹੀਂ ਕੀਤੀ ਜਿਹਨਾਂ ਨੂੰ ਸਿੱਧੂ ਸਾਹਿਬ ਜਾਂਦੇ ਨੇ ਹਾਂ ਆ ਜੀ ਇਹਨੇ ਸਸਪੈਂਡ ਕਰਤੇ ਇਹਨੇ ਚੀਜ਼ ਵੀ ਸਸਪੈਂਡ ਕਰਤੇ ਇਹਨੇ ਫਰਾਨੇ ਕਰਤੇ ਕਦੇ ਇਹ ਡੰਗਾਈ ਤੱਕ ਜਾਣ ਦੀ ਗੱਲ ਨਹੀਂ ਕਰਦੇ ਆ ਕੇ ਕਿਹ ਚੀਫੀਆਂ ਮੈਨੂੰ ਮਿਲੇ ਉਹ ਕਹਿੰਦੇ ਸਾਨੂੰ ਚਿੱਠੀ ਆਈ ਸੈਕਟਰੀ ਦੀ ਕੀ ਜੀ ਕੰਮ ਇਹਨੇ ਹੋ ਰਹੇ ਨੇ ਠੇਕੇ ਦਾ ਸਾਡੇ ਕੋਲ ਹੈ ਨਹੀਂ ਤੁਸੀਂ ਸਿੰਗਲ ਟੈਂਡਰ ਵੀ ਉਹ ਕਰ ਲਓ ਜੇ ਟੰਗਣਾ ਤੁਸੀਂ ਜਿਹੜੇ ਬੰਦੇ ਨੇ ਚਿੱਠੀ ਲਿਖੀ ਆ ਹਾਂਜੀ ਉਹ ਰੰਗੂ ਤੇ ਰਖੜਾ ਸਾਹਿਬ ਆਪਾਂ ਆਪਣੀ ਗੱਲਬਾਤ ਜਾਰੀ ਰੱਖਾਂਗੇ ਤੇ ਲੈ ਲਈ ਇੱਕ ਛੋਟਾ ਜਿਹਾ ਬ੍ਰੇਕ ਤੇ ਚੰਦ ਕਮਰਸਾਂ ਤੋਂ ਬਾਅਦ ਅਸੀਂ ਵਾਪਸ ਮੁੜਦੇ ਹਾਂ ਤੁਸੀਂ ਕਿਤੇ ਨਾ ਜਾਣਾ ਬ੍ਰੇਕ ਤੋਂ ਬਾਅਦ ਸਾਡੀ ਗੱਲਬਾਤ ਜਾਰੀ ਹੈ ਸਰਦਾਰ ਸੁਜੀਤ ਸਿੰਘ ਰਖੜਾ ਜੀ ਨਾਲ ਜਿਹੜੇ ਕਿ ਪੰਜਾਬ ਦੇ ਸਾਬਕਾ ਕੈਨਨਰ ਮੰਤਰੀ ਨੇ ਤੁਸੀਂ ਪਿਛਲੇ ਖਬਰਾਂ ਅਸੀਂ ਪੜ ਰਹੇ ਹਾਂ ਪਿਛਲੇ ਲਗਭਗ 2 ਮਹੀਨੇ ਦੇ ਕਰੀ ਤੁਸੀਂ ਅਮਰੀਕਾ ਕਨਟਿਨ ਦੇ ਵਿੱਚੋਂ ਤੁਸੀਂ ਮਿਲਵਾਕੀ ਦੇ ਵਿੱਚ ਇੰਡੀਆਨਾ ਦੇ ਵਿੱਚ ਸ਼ਿਕਾਗੋ ਦੇ ਵਿੱਚ ਔਰ ਬੀਤੇ ਦਿਨੀ ਟਾਂਟੋ ਦੇ ਵਿੱਚ ਇੰਨੀਆਂ ਵੱਡੀਆਂ ਜਿਹੜੀਆਂ ਕਾਨਫਰੰਸਾਂ ਐ ਇੰਨੇ ਵੱਡੇ ਇਕੱਠ ਕੀਤੇ ਨੇ ਇਹ ਕੀ ਤੁਸੀਂ ਸਮਝਦੇ ਹੋ ਕਿ ਲੰਮੇ ਆਸੇ ਤੋਂ ਬਾਅਦ ਸ਼੍ਰੋਮਣੀ ਕਾਲੀਦਾਲ ਨਾਲ ਵਿਦੇਸ਼ਾਂ ਦੇ ਜਿਹੜੇ ਸਾਡੇ ਪੰਜਾਬੀ ਬੈਠੇ ਨੇ ਪ੍ਰਵਾਸੀ ਪੰਜਾਬੀ ਜੁੜਨੇ ਸ਼ੁਰੂ ਹੋ ਗਏ ਦੇਖੋ ਸਾਡੇ ਭਰਾਵਾਂ ਨੂੰ ਥੋੜੀ ਜੀ ਗਲਤਫਹਿਮੀ ਹੋ ਗਈ ਸੀ ਜੀ ਸਾਡੇ ਖਿਲਾਫ ਵੀ ਗੱਲਾਂ ਹੋਈਆਂ ਬਹੁਤ ਕੁਝ ਹੋਇਆ ਅੱਜ ਉਹ ਗੱਲਾਂ ਸਾਰੀ ਸਾਹਮਣੇ ਆ ਗਈਆਂ ਉਹ ਦੇਖ ਰਹੇ ਨੇ ਕਿ ਜਾਰੇ ਇਹ ਤਾਂ ਇੱਕ ਝੋਟ ਦੀ ਦੁਕਾਨ ਦੇ ਉੱਤੇ ਅਸੀਂ ਉਹ ਹੋ ਗਿਆ ਤੇ ਅੱਜ ਫੇਰ ਉਹ ਸ਼ਮਣਿਕਾਲ ਤੁਸੀਂ ਆਪ ਵੀ ਦੇਖਿਆ ਕਿ ਮੈਨੂੰ ਆਪ ਉਮੀਦ ਨਹੀਂ ਸੀ ਦੇਖੋ ਆਪਾਂ ਹਰ ਵੱਡਾ ਵੱਡਾ ਸੁਭਣਾ ਲੈਂਦਾ بڑا ਡੀਮ ਹੁੰਦਾ ਹੈ ਕਿ ਐਡਾ بڑا ਇਕੱਠ ਐਡਾ بڑا ਮੈਜਪੈਲਸ ਤੇ ਉਹਦੇ ਵਿੱਚ ਇਕੱਠ ਹੋਵੇ ਤੇ ਨਾਲ ਪਰਿਵਾਰ ਆਏ ਹੁਣ ਨਹੀਂ ਆਪਾਂ ਦੇਖਿਆ ਵੀ ਸਾਡੇ ਸ਼ਮਣਿਕਾਲੀਦਲ ਦੇ ਲੋਕ ਆ ਜਾਂਦੇ ਨੇ ਪਰਿਵਾਰ ਕਦੀ ਨਹੀਂ ਆਉਂਦੇ ਸਾਰੇ ਪਰਿਵਾਰਾਂ ਨੇ ਕਿੰਨਾ ਵੱਡਾ ਇਕੱਠ ਹੱਥ ਕੀਤਾ ਸਾਡੇ ਸੋਚ ਤੋਂ ਹੀ ਵੱਡਾ ਇਕੱਠ ਕੀਤਾ ਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਸ਼ਮਣੀ ਕਾਲੀਦਾਲ ਦਾ ਵੀ ਇਕੱਠ ਹੋਇਆ ਉਹ ਵੀ ਬਹੁਤ ਵੱਡਾ ਇਕੱਠ ਹੋਇਆ ਜੀ ਤੇ ਹੁਣ ਤੁਸੀਂ ਦੇਖ ਰਹੇ ਮੈਂ ਹੁਣ ਤਾਂ ਸੱਚੀ ਗੱਲ ਪੁੱਛਦਾ ਰਿਹਾ ਮੈਂ ਸੋਚਦਾ ਵੀ ਜੇ ਹਫ਼ਤਾ ਹੋਰ ਲੈ ਕੇ ਆਉਂਦਾ ਤਾਂ ਠੀਕ ਸੀ ਉਹਦੇ ਮੈਨੂੰ 4 ਦਿਨ ਬੜੇ-ਬੜੇ ਲੱਗਦੇ ਸੀ ਵੀ 4 ਦਿਨ ਜਿੱਥੇ ਬੈਠ ਕੇ ਕੀ ਕਰਾਂਗੇ ਚਲੋ ਇੱਕ ਦਿਨ ਜਾਵਾਂਗੇ ਤੇ ਦੂਜੇ ਵਾਪਸ ਆ ਜਾਾਂਗੇ ਹਾਂਜੀ ਪਰ ਜਿੰਨਾ ਮਾਨ ਸਨਮਾਨ ਸਤਕਾਰ ਮੈਨੂੰ ਇੱਥੋਂ ਟ੍ਰਾਂਟੋ ਦੇ ਵਿੱਚੋਂ ਮਿਲਿਆ ਤੇ ਅੱਜ ਮਹਿਸੂਸ ਕਰ ਰਿਹਾ ਮੈਂ ਜਿਹੜਾ ਇੱਥੇ 5-6 ਸਾਲ ਨਹੀਂ ਆਇਆ ਤੇ ਬਾਕੀ ਮੇਰੇ ਫਸੂਰ ਸੀ ਮੇਰਾ ਮੇਰਾ ਨੁਕਸ ਸੀ ਮੈਨੂੰ ਪਹਿਲਾ ਆਉਣਾ ਚਾਹੀਦਾ ਸੀ ਪਰ ਬਹੁਤ ਦੇਖੋ ਜਿੱਥੇ-ਜਿੱਥੇ ਵੀ ਗਿਆ ਤੁਸੀਂ ਸ਼ਾਬਿਆਨ ਸਿੰਘ ਦੇ ਘਰ ਗਏ ਉਹਨੇ ਪੂਰੀ ਆਪਣੇ ਘਰੇ ਕਾਨਫਰੰਸ ਵੇਬ ਲਾ ਰੱਖੀ ਸੀ ਬਿਲਕੁਲ ਜੀ लोग ਤੁਹਾਨੂੰ ਬੜੇ ਮਿਲ ਨੇ ਆ ਮੈਂ ਦੇਖਿਆ ਕਿ ਬਹੁਤ ਸਾਰੇ ਲੋਕ ਮੈਂ ਹੈਰਾਨ ਆ ਜਿਹੜੇ ਲੋਕ ਆਮ ਆਦਮੀ ਪਾਰਟੀ ਵੱਲ ਜਾਵ ਰਹੇ ਤੇ ਉਹ ਮੁੜ ਕੇ ਦੁਬਾਰਾ ਫੇਰ ਜਿਵੇਂ ਵਾਪਸ ਆ ਕੇ ਤੁਹਾਨੂੰ ਮਿਲਦੇ ਵੀ ਰਹੇ ਨੇ ਕਿਹੋ ਜੀਆਂ ਗੱਲਾਂ ਲੋਕ ਦੱਸ ਰਹੇ ਨੇ ਤੁਹਾਨੂੰ ਅੱਜ ਉਹ ਗੱਲ ਕਰ ਰਹੇ ਨੇ ਜੀ ਸਭ ਤੋਂ ਗਲਤੀ ਹੋ ਗਈ ਦੇਖੋ ਜਿਵੇਂ ਅਸੀਂ ਗੱਲ ਕਰਦੇ ਆ ਕਿ ਜੇ ਸਾਡੀ ਸਰਕਾਰ ਨਹੀਂ ਬਣੀ ਅਸੀਂ ਵੀ ਕੋਈ ਨਾ ਕੋਈ ਕਿਤੇ ਨਾ ਕਿਤੇ ਕੋਈ ਗਲਤੀ ਹੋਈ ਹੋਣੀ ਆ ਉਹ ਗਲਤੀ ਨੂੰ ਅਸੀਂ ਵੀ ਠੀਕ ਕਰਨ ਦੀ ਕੋਸ਼ਿਸ਼ ਕਰਾਂ ਇਹ ਸਾਡੇ ਭਰਾ ਗੱਲ ਕਰ ਰਹੇ ਨੇ ਵੀ ਸਭ ਤੋਂ ਹੋ ਗਈ ਹੁਣ ਕੀ ਕਰੀਏ ਜਿਹੜਾ ਸਮਾਂ ਲੰਘ ਗਿਆ ਉਹ ਤਾਂ ਲੰਘ ਗਿਆ ਅੱਗੇ ਵਾਸਤੇ ਇੰਪਰੂਵ ਕਰ ਲਿਆ ਉਹ ਵੀ ਠੀਕ ਆ ਜੇ ਆਪਾਂ ਜੇ ਆਪਾਂ ਸੱਪ ਦੀ ਲਈ ਨੂੰ ਕੁੱਟੀਏ ਤਾਂ ਕੋਈ ਫਾਇਦਾ ਨਹੀਂ ਅੱਗੇ ਵਾਸਤੇ ਠੀਕ ਕਰ ਲਈਏ ਅਸੀਂ ਵੀ ਪਾਰਟੀ ਦੇ ਵਿੱਚ ਬੈਠ ਗਏ ਸਾਡੀ ਕੋਰ ਕਮੇਟੀ ਦੀ ਮੀਟਿੰਗ ਹੋਈ ਉਹਦੇ ਵਿੱਚ ਦੇਖਿਆ ਵੀ ਆਪਣੇ ਕੀ ਕਮੀਆਂ ਰਹੀਆਂ ਨੇ ਹਾਂ ਔਰ ਮੈਂ ਕਹਿਣਾ ਵੀ ਜੋ ਪਰਮਾਤਮਾ ਕਰਦਾ ਵੈਗਰੂ ਕਰਦਾ ਠੀਕ ਕਰਦਾ ਹੈ ਜੀ ਜੇ ਸਾਡੀ ਸਰਕਾਰ ਬਣ ਜਾਂਦੀ ਸ਼ਾਇਦ ਸਾਡੇ 'ਚ ਵੀ ਮੈਂ ਆ ਜਾਂਦੀ ਹਾਂ ਸਾਨੂੰ ਵੀ ਇਹ ਹੁੰਦਾ ਪਤਾ ਨਹੀਂ ਕੀ ਸਾਡੇ 'ਚ ਹੈ ਤੇ ਹੁਣ ਇੱਕ ਲੋਕਾਂ ਨੂੰ ਕੰਪੈਰੀਜ਼ਨ ਕਰਨ ਨੂੰ ਹੋ ਗਿਆ ਹਾਂਜੀ ਕਿ ਸ਼ੋਮਨੀ ਕਾਲੀਦਾਲ ਦੀ ਸਰਕਾਰ ਨੇ ਕੀ ਕੀਤਾ ਸੀ ਹਾਂਜੀ ਤੇ ਉਹਦੇ ਨਾਲ ਹੀ ਕਾਂਗਰਸ ਸਰਕਾਰ ਨੇ ਕੀ ਕੀਤਾ ਜੀ ਉਹਦੇ ਮੰਤਰੀ ਕੀ ਕਰਦੇ ਨੇ ਅੱਜ ਸਵੈ ਲੁੱਟ ਖਸੁੱਟ ਤੋਂ ਸਵੈ ਕ੍ਰਾਪਸ਼ਨ ਤੋਂ ਸਵੈ ਰਿਤੇਬਾਰੀ ਤੋਂ ਡਰਗ ਤੋਂ ਹੋਰ ਕੋਈ ਗੱਲ ਹੋਈ ਨਹੀਂ ਰਹੀ ਤੀਜੀ ਗੱਲ ਅੱਜ ਤੁਸੀਂ ਦੇਖਿਆ ਚਾਹੇ ਇਲੈਕਸ਼ਨ ਜਿੱਤ ਗਏ ਆ ਹਾਂਜੀ ਸ਼ਾਹਕੋਟ ਦੀ ਬਿਲਕੁਲ ਉਹਨਾਂ ਦੇ ਕੈਂਡੀਡੇਟ ਦੇ ਉੱਤੇ ਪਰਚਾ ਉਹਨਾਂ ਦਾ ਐਸਐਚਓ ਕਰ ਰਿਹਾ ਹੈ ਕਰ ਰਿਹਾ ਤੇ ਉਹ ਐਸਐਚਓ ਕਰ ਰਿਹਾ ਜਿਹਨੂੰ ਉਹਨਾਂ ਨੇ 3 ਮਹੀਨੇ ਪਹਿਲਾਂ ਔਨਰ ਕੀਤਾ ਕਿ ਪੰਜਾਬ ਦਾ ਸਭ ਤੋਂ ਵਧੀਆ ਅਫਸਰ ਹੈ ਇਮਾਨਦਾਰ ਹੈ ਹਾਂਜੀ ਤੇ ਉਹ ਅਫਸਰ ਵੀ ਅੰਦਰ ਕਰਦਾ ਜੇ ਆਪਾਂ ਇਹੀ ਗੱਲ ਸੋਚੀਏ ਵੀ ਪੁਲਿਸ ਸਾਹਿਬ ਜੇ ਤਾਂ ਮੇਰੀ ਗੱਲ ਕਰਦੇ ਤਾਂ ਪੁਲਿਸ ਸਾਹਿਬ ਵਧੀਆ ਬੰਦੇ ਨੇ ਜੇ ਇੱਕ ਗੱਲ ਮੇਰੇ ਉਲਟ ਗੱਲ ਕਰਤੀ ਕੋਈ ਕੁਐਸਚਨ ਮਾਰਾ ਪੁੱਛ ਲਿਆ ਤਾਂ ਪੁਲਿਸ ਸਾਹਿਬ ਦਾ ਮਾੜਾ ਬੰਦਾ ਕੋਈ ਨਹੀਂ ਇਹ ਤਾਂ ਇਹੀ ਗੱਲ ਹੋਈ ਨਾ ਅੱਛਾ ਤੁਹਾਡੀਆਂ ਬਾਈ ਜੀ ਵਿਦੇਸ਼ਾਂ ਦੇ ਵਿੱਚ ਤੁਸੀਂ ਪਿਛਲੀ ਵਾਰੀ ਬੜੀ ਮਿਹਨਤ ਕਰਕੇ ਵੱਖ-ਵੱਖ ਦੇਸ਼ਾਂ ਦੇ ਵਿੱਚ ਸ਼੍ਰੋਣੀ ਕਲ ਲਾ ਲਦੀਆਂ ਇਕਾਈਆਂ ਕੈਂਪ ਚ ਤੇ ਦੇਖੇ ਜਾਵੇ ਵਿਦੇਸ਼ਾਂ ਦੇ ਵਿੱਚ ਜਿੰਨੇ ਪੰਜਾਬੀ ਨੇ ਖਾਸ ਕਰਕੇ ਉਹ ਸ਼੍ਰੋਮਣੀ ਕਾਲੀ ਦਲ ਨਾਲ ਜੁੜੇ ਹੋਏ ਨੇ ਉਹਨਾਂ ਦੀ ਮੁੱਢਲੀ ਮੈਂਬਰਸ਼ਿਪ ਵੀ ਉਹਨਾਂ ਕੋਲ ਆ ਤੇ ਜਥੇਬੰਦੀਆਂ ਨੇ ਬੜੇ ਡਟ ਕੇ ਕੰਮ ਕੀਤਾ ਬਾਅਦ ਵਿੱਚ ਭੰਗ ਕਰ ਦਿੱਤੀਆਂ ਹੁਣ ਸਾਰ ਸਗੀਰ ਸਿੰਘ ਬਾਦਲ ਜੀ ਅਗਲਾ ਕੀ ਤੋਂ ਉਹਨਾਂ ਦੇ ਰਾਏ ਨਾਲ ਕੀ ਕਦਮ ਚੱਕਦੇ ਛੇਤੀ ਦੁਆਰੇ ਪ੍ਰਧਾਨ ਸਾਹਿਬ ਨੇ ਕਿਹਾ ਵੀ ਆਪਾਂ ਦੁਆਰੇ ਫੇਰ ਇਕਾਈਆਂ ਬਣਾਉਣੀਆਂ ਨੇ ਹੋਰ ਬੰਦੇ ਜਿਹੜੇ ਐਕਟਿਵ ਬੰਦੇ ਨੇ ਜਿਹੜੇ ਵਧੀਆ ਕੰਮ ਕਰ ਸਕਦੇ ਨੇ ਹਿੰਮਤ ਆਏ ਉਹਨੂੰ ਆਪਾਂ ਮੁੜੇ ਲੈ ਕੇ ਆਉਣਾ ਔਰ ਉਹ ਇੱਥੇ ਵੀ ਮੈਂ ਦੇਖਿਆ ਵੀ ਸਾਡੇ ਕਈ ਗਲਤੀਆਂ ਇੱਥੇ ਵੀ ਹੋਈਆਂ ਉਹਨਾਂ ਨੂੰ ਸੁਧਾਰਾਂਗੇ ਕੰਮਾਂ 'ਤੇ ਤੇ ਜਿਸ ਤਰੀਕੇ ਨਾਲ ਤੁਸੀਂ ਚਾਹੁੰਦੇ ਹੋ ਉਤਰੀ ਕੇ ਨਾਲ ਕੰਮ ਇਹ ਨਹੀਂ ਕਿ ਅਸੀਂ ਸਰਕਾਰ ਨਾਲ ਹੀ ਕੰਮ ਕਰਦੇ ਹਾਂ ਸਰਕਾਰ ਤੋਂ ਬਿਨਾਂ ਹੀ ਬਹੁਤ ਕੰਮ ਹੁੰਦੇ ਨੇ ਅੱਛਾ ਤੁਹਾਡੀ ਸਰਕਾਰ ਜੇ ਜਦੋਂ ਵੀ ਆਉਂਦੀ ਹੈ ਜਿਹੜੇ ਤੁਸੀਂ ਅਹੁਦੇਦਾਰ ਬਣਾਓਗੇ ਉਹਨਾਂ ਨੂੰ ਕੋਈ ਪਾਵਰ ਰਾਮ ਹੀ ਦਿਓਗੇ ਤਾਂ ਕਿ ਉਹ ਆਪਣੇ ਕੰਮ ਲੋਕਾਂ ਦੇ ਕਰਵਾ ਸਕਣ ਪੂਰੀ ਪਾਵਰ ਦੇਵਾਂਗੇ ਹਾਂਜੀ ਤੇ ਉਹਨਾਂ ਦਾ ਟੈਲੀਫੋਨ ਨੰਬਰ ਉਹਨਾਂ ਦੇਵਾਂਗੇ। ਹਾਂਜੀ। ਉੱਥੇ ਇੱਕ ਡਿਪਾਰਟਮੈਂਟ ਵੀ ਰੱਖਾ ਗਿਆ ਸੀ ਜਿੱਥੇ ਉਹ ਕੋਆਰਡੀਨੇਸ਼ਨ ਕਰ ਸਕਣ। ਜੀ। ਉਹਨਾਂ ਨੂੰ ਜਵਾਬ ਮਿਲ ਸੀਗੇ ਹਰ ਗੱਲ ਦਾ। ਜੇ ਕਿਤੇ ਕੋਈ ਬੰਦਾ ਗੱਲ ਕਰਦਾ ਹੈ, ਕੋਈ ਕੋਈ ਤਕਲੀਫ ਆਏ ਜਾਂ ਕੁਝ ਹੋਰ ਹੈ ਜਾਂ ਕੁਝ ਜ਼ਾਹਰ ਜਿਨਾ ਚਾਹੁੰਦਾ ਹੈ, ਜੇ ਗੱਲ ਕਰ ਲਈ ਤੇ ਉੱਥੇ ਗੱਲ ਛੱਡਤੀ ਤਾਂ ਕੋਈ ਫਾਇਦਾ ਹੀ ਨਹੀਂ। ਹਾਂਜੀ। ਜੇ ਉਹਨੂੰ ਇੰਪਲੀਮੈਂਟ ਕਰੀਏ ਤਾਂ ਹੀ ਫਾਇਦਾ ਹੈ। ਜੀ। ਸੋ ਜਿੱਥੇ-ਜਿੱਥੇ ਕਿਤੇ ਕੋਈ ਕਮੀ ਰਹੀ ਹੈ, ਉਹ ਕਮੀ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਅੱਗੇ ਵਾਸਤੇ ਨੂੰ ਠੀਕ ਕਰਕੇ ਬੜੀਆ ਤਰੀਕੇ ਨਾਲ ਚਲਾਵਾਂਗੇ। 2 ਤੇ ਜੇ ਆਪਾਂ ਦੇਖੀਏ 2014 ਦੇ ਵਿੱਚ ਤਿਕੋਣੀ ਟੱਕਰ ਹੋ ਰਹੀ ਸੀ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਉਹਨਾਂ ਦੇ 4 ਐਮਪੀ ਚੁਣੇ ਵੀ ਗਏ ਸ਼੍ਰੋਮਣੀ ਕਾਲੀ ਦਲ ਤੇ ਭਾਜਪਾ ਤੇ ਤੀਸਰੇ ਪਾਸੇ ਕਾਂਗਰਸ ਸੀ ਇਹਨਾਂ ਚੋਣਾਂ ਦੇ ਵਿੱਚ ਕੀ ਲੱਗਦਾ ਸਾਹਮਣੋ ਸਾਹਮਣੀ ਟੱਕਰ ਹੋਊ ਕਿ ਤਿਕੋਣੀ ਟੱਕਰ ਬੀਤੀ ਵਾਰ ਦੇਖੋ ਜਿੱਥੇ ਤੱਕ ਤਾਂ ਆਪ ਦੀ ਗੱਲ ਹੈ ਉਹ ਤੁਸੀਂ ਦੇਖਿਆ ਸਭ ਤੋਂ ਪਹਿਲਾਂ ਗੁਰਦਾਸਪੁਰ ਦੀ ਇਲੈਕਸ਼ਨ ਹੋਈ ਹਾਂਜੀ ਉੱਥੇ ਆਪ ਦੀ ਜਵੰਤ ਜਵਤ ਹੋ ਗਈ ਹਾਂਜੀ ਕਾਂਗਰਸ ਜਿੱਤ ਗਈ ਅਜੰਦੂਏ ਨੰਬਰ ਤੇ ਰਹੇਗੇ ਉਸ ਤੋਂ ਬਾਅਦ ਇੱਕ ਕਾਰਪੋਰੇਸ਼ਨ ਦੀ ਇਲੈਕਸ਼ਨ ਹੋਈ ਮਿਊਨਿਸਪੈਲਿਟੀ ਇਲੈਕਸ਼ਨ ਹੋਈ ਉੱਥੇ ਸਾਰੇ ਜਿੰਨੇ ਕੈਂਡੀਡੇਟ ਸੀ ਉਹ ਜਵਾਂ ਸਜਾਤ ਹੋ ਗਏ ਬਹੁਤ ਸਮੇਂ ਨੂੰ ਕੈਂਡੀਡੇਟ ਲੱਭ ਹੀ ਨਹੀਂ ਖੜੇ ਕਰਨ ਵਾਲੇ ਹਾਂਜੀ ਹੁਣ ਛਾਹਕੋਟ ਦੀ ਇਲੈਕਸ਼ਨ ਹੋਈ ਹਾਂਜੀ ਉੱਥੇ ਵੋਟੇ 1900 ਪਈਏ 1900 ਵੋਟ ਤਾਂ ਕਿਸੇ ਵੀ ਕਮਜ਼ੋਰ ਤੋਂ ਕਮਜ਼ੋਰ ਕੈਂਡੀਡੇਟ ਯਾਦ ਨੂੰ ਪਈ ਜਾਂਦੀ ਹੈ ਹਾਂਜੀ ਸੋ ਇਹਨਾਂ ਦੀ ਜਿਹੜੀ ਹੋਂਦ ਹੈ ਉਹ ਖਤਮ ਹੋ ਗਈ ਕਿਉਂਕਿ ਲੋਕਾਂ ਨੇ ਦੇਖ ਲਿਆ ਪਹਿਲਾਂ ਇਹਨਾਂ ਨੂੰ ਦਿੱਲੀ ਦੇ ਵਿੱਚ ਪਛਾਣਨ ਪਛਣ ਲੋਕਾਂ ਨੇ ਵੋਟਾਂ ਪਾਈਆਂ 98% ਲੋਕਾਂ ਨੇ ਵੋਟਾਂ ਪਾਈਆਂ ਕਿੰਨੀ ਬੜੀ ਮੈਜੋਰਟੀ ਦੇ ਵਿੱਚ ਦੇਖ ਕੇ ਲੋਕਾਂ ਨੇ ਹੁਣ ਲੋਕ ਪਛੇਟਨੇ ਸ਼ੁਰੂ ਹੋ ਗਏ ਕਿੰਨੇ ਲੋਕਾਂ ਦੇ ਪਰਚੇ ਹੋ ਗਏ ਇਹਨਾਂ ਤੇ ਇਹਨਾਂ ਦੀ ਸਰਕਾਰ ਇਹਨਾਂ ਤੇ ਪਰਚੇ ਅੱਛਾ ਆਉਣ ਵਾਲੇ ਸਮੇਂ 'ਚ ਬਹੁਤ ਸਾਰੇ ਲੋਕਾਂ ਦੀ ਇਹ ਹਮੇਸ਼ਾ ਮੰਗ ਹੁੰਦੀ ਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਸਾਹਿਬ ਕਾ ਮੁੱਖ ਮੰਤਰੀ ਸਾਹਿਬ ਸੁਵੀਰ ਸਿੰਘ ਬਾਦਲ ਜਿਹੜੇ ਸਾਡੇ ਸੀਨੀਅਰ ਨੇਤਾ ਨੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਤੇ ਜੇ ਆਪਾਂ ਕਹੀ ਸਰਪ੍ਰਸਤ ਨੇ ਉਹ ਕਦੋਂ ਆਉਣਗੇ ਕੈਨੇਡਾ ਅਮਰੀਕਾ ਦੇ ਬਹੁਤ ਸਾਰੇ ਜਿਹੜੇ ਹੈਗੇ ਪੰਜਾਬੀ ਚਾਹੁੰਦੇ ਨੇ ਕੋ ਇਹਨਾਂ ਦੇਸ਼ਾਂ ਦੇ ਵਿੱਚ ਆਉਣ ਦੇਖੋ ਇੱਥੇ ਲੋਕਾਂ ਦੀ ਕਾਫੀ ਡਿਮਾਂਡ ਆ ਕਿ ਜੋ ਹੈ ਬਾਲ ਸਾਹਿਬਾ ਵੱਡੇ ਚਾਹ ਸਸੂ ਵੀਰ ਸਿੰਘ ਬਾਲ ਭਰਾ ਚੁਮਣੀ ਕਲ ਦਾ ਲਾਵੇ ਹਾਂਜੀ ਤੇ ਜਦੋਂ ਵੀ ਟਾਈਮ ਲੱਗਿਆ ਮਾਹੌਲ ਠੀਕ ਹੋਇਆ ਹਾਂਜੀ ਜ਼ਰੂਰ ਉਹਨਾਂ ਲੈ ਕੇ ਆਵਾਂਗੇ ਸਾਡੀ ਵੀ ਕੋਸ਼ਿਸ਼ ਹੈ ਜੀ ਕਿ ਅਸੀਂ ਉਹਨਾਂ ਨੂੰ ਲੈ ਕੇ ਆਈਏ ਕਿਉਂਕਿ ਲੋਕਾਂ ਦੇ ਮੁਤਾਬਕ ਹੀ ਕੰਮ ਕਰਨਾ ਚਾਹੀਦਾ ਲੋਕ ਜੋ ਚਾਹੁੰਦੇ ਨੇ ਉਹੀ ਗੱਲ ਹੋਣੀ ਚਾਹੀਦੀ ਲੋਕਾਂ ਦੀ ਮੰਗ ਹੈ ਜੀ ਕਿ ਵੀ ਉਹ ਆਉਣ ਜੀ ਤੇ ਉਮੀਦ ਹੈ ਵੀ ਛੇਤੀ ਅਸੀਂ ਕੋਸ਼ਿਸ਼ ਕਰਾਂਗੇ ਬਾਕੀ ਤਾਂ ਗੁਰੂ ਮਾਰਦੇ ਨੇ ਕਰਨਾ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਅਖੀ ਦੇ ਵਿੱਚ ਦੇਸ਼ ਵਿਦੇਸ਼ ਦੇ ਜਿਹੜੇ ਵੀ ਪੰਜਾਬੀ ਪਰਿਵਾਰ ਬੈਠੇ ਨੇ ਬਹੁਤ ਸਾਰੇ ਨੇੜੇ ਮਿਲੇ ਵੀ ਆ ਬਹੁਤ ਸਾਰੇ ਨਹੀਂ ਮਿਲ ਸਕੀ ਕੀ ਕਹਿਣਾ ਚਾਹੋਗੇ ਆਪਣੇ ਵੱਲੋਂ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਐਨ ਆਰ ਆਈ ਭਰਾਵਾਂ ਨੂੰ ਜਿਹੜੇ ਵਿਦੇਸ਼ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਵਧਾਈ ਦੇਣਾ ਕਿ ਉਹਨਾਂ ਨੇ ਬਹੁਤ ਮਿਹਨਤ ਕਰਕੇ ਹਿੰਮਤ ਕਰਕੇ ਇਹ ਨਹੀਂ ਕਿ ਵੀ ਇੱਥੇ ਕੋਈ ਦਸਤਾਫਰਮ ਡਾਲਣ ਲੱਗੇ ਹੋਏ ਨੇ ਬਹੁਤ ਮਿਹਨਤ ਕਰਕੇ ਅੱਗੇ ਵਧੇ ਨੇ ਅੱਜ ਉਹਨਾਂ ਦਾ ਜਿਹੜੇ ਇੱਥੇ ਲੋਕਲ ਨੇ ਉਹਨਾਂ ਨਾਂ ਵੀ ਵੱਡੇ ਕੰਮ ਉਹਨਾਂ ਨੇ ਕੀਤੇ ਨੇ ਸਿਆਸਤ ਦੇ ਵਿੱਚ ਵੀ ਬਹੁਤ ਵੱਡੀਆਂ-ਵੱਡੀਆਂ ਮੱਲਾ ਮਾਰੀਆਂ ਨੇ ਹੁਣ ਤੁਸੀਂ ਦੇਖ ਰਹੇ ਹੋ ਵੀ ਸਾਡੇ ਕੈਬਨਟ ਦੇ ਵਿੱਚ ਸਾਡੇ ਵਜ਼ੀਰ ਵੀ ਨੇ ਤੇ ਇਹਨਾਂ ਦਾ ਪ੍ਰਾਈਮ ਮਿਨਿਸਟਰ ਵੀ ਸਿਰਦਾਰ ਸਾਹਿਬ ਜਾ ਕੇ ਆਇਆ ਪੰਜਾਬ ਜਾ ਕੇ ਆਇਆ ਇਹ ਬਹੁਤ ਵੱਡੀ ਗੱਲ ਹੈ ਸਾਡੇ ਲਈ ਬਿਲਕੁਲ ਤੇ ਦੂਜੇ ਪਾਸੇ ਬਿਜ਼ਨਸ ਦੇ ਵਿੱਚ ਪ੍ਰੋਫੈਸ਼ਨ ਦੇ ਵਿੱਚ ਡਾਕਟਰ ਇੰਜੀਨੀਅਰ ਜਿੱਥੇ ਮਰਜੀ ਦੇ ਲਈ ਫਾਰਮਿੰਗ ਦੇ ਵਿੱਚ ਬਹੁਤ ਵੱਡਾ ਨਾਮ ਫੀਦਕ ਫਾਇਦਾ ਕੀਤਾ ਇਸ ਗੱਲ ਦੇ ਨਾਲ ਪੰਜਾਬੀਆਂ ਦਾ ਜਿਹੜਾ ਛਾਤੀ ਹੈ ਨਾ ਬੜੀ ਚੌੜੀ ਹੋ ਜਾਂਦੀ ਹੈ ਸਾਡੀ ਇੱਕ ਚੌੜੀ ਹੋ ਜਾਂਦੀ ਹੈ ਤੇ ਮੈਂ ਸਾਰਿਆਂ ਨੂੰ ਵਧਾਈ ਦੇਣਾ ਅਰ ਪਰਮਾਤਮਾ ਦੇ ਰਾਸ ਕਰਨਾ ਕਿ ਇਹਨਾਂ ਦਾ ਕੰਮ ਹੋਰ ਅੱਗੇ ਵਧੇ ਇਹ ਪੰਜਾਬ ਦੀ ਹੋਰ ਮਦਦ ਕਰਨ ਤੇ ਨਾਲ ਇਹ ਵੀ ਹੈ ਵੀ ਤੁਸੀਂ ਕਿਤੇ ਵੀ ਪੰਜਾਬ ਦੇ ਵਿੱਚ ਜਾਂਦੇ ਹੋ ਚਾਰ ਪੈਸੇ ਖਰਚ ਪਾਉਂਦੇ ਹੋ ਘਰ ਪਾਉਂਦੇ ਹੋ ਜਾਂ ਕੋਈ ਬਿਜ਼ਨਸ ਕਰਦੇ ਹੋ ਉਹਦੇ ਨਾਲ ਪੰਜਾਬ ਦੀ ਤਰੱਕੀ ਦੇ ਵਿੱਚ ਵੀ ਯੋਗਦਾਰ ਪਾਉਂਦਾ ਹੈ ਐਨ ਆਰ ਆਈ ਦਾ ਬਹੁਤ بڑا ਯੋਗਦਾਨ ਹੈ ਪੰਜਾਬ ਦੀ ਤਰੱਕੀ ਦੇ ਵਿੱਚ ਕਿਉਂਕਿ ਮੈਂ ਦੇਖਿਆ ਕਿ ਚਾਹੇ ਸਾਰੇ ਪ੍ਰਾਇਸ ਇੱਥੇ ਰਹਿੰਦੇ ਨੇ ਚਾਹੇ ਕੈਨੇਡਾ ਚ ਰਹਿੰਦੇ ਨੇ ਅਮਰੀਕਾ 'ਚ ਰਹਿੰਦੇ ਨੇ ਯੂਰਪ 'ਚ ਰਹਿੰਦੇ ਨੇ ਪਰ ਜਿਹਨਾਂ ਦਾ ਮਨ ਹੈ ਉਹ ਹਮੇਸ਼ਾ ਪੰਜਾਬ ਦੇ ਨਾਲ ਜੁੜਿਆ ਹੋਇਆ ਹੈ ਪੰਜਾਬ ਦੀਆਂ ਖਬਰਾਂਾਂ ਦੇ ਨਾਲ ਜੁੜਿਆ ਹੋਇਆ ਹੈ ਪੰਜਾਬ ਦੀ ਪੋਲਿਟਿਕਸ ਦੇ ਨਾਲ ਜੁੜਿਆ ਹੋਇਆ ਹੈ ਹਰ ਚੀਜ਼ ਖਬਰ ਦੀ ਖਬਰ ਨਾਲ ਉਹ ਜੁੜੇ ਰਹਿੰਦੇ ਨੇ ਰਖਸ਼ਾ ਸਾਹਿਬ ਤੁਸੀਂ ਸਮਾਂ ਕੱਢ ਕੇ ਸਾਡੇ ਸਟੂਡੀਓ 'ਚ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਆਸ ਕਰਦੇ ਹਾਂ ਕਿ ਜਦੋਂ-ਤੋਂ ਅਗਲੀ ਵਾਰੀ ਆਉਂਗੇ ਫਿਰ ਤੁਹਾਡੇ ਨਾਲ ਅਸੀਂ ਹੋਰ ਵੀ ਬਹੁਤ ਗੱਲਬਾਤ ਕਰਾਂਗੇ ਤੇ ਹੋਰ ਵੀ ਜਾਣਾਂਗੇ ਤੁਹਾਨੂੰ ਬਹੁਤ ਧੰਨਵਾਦ ਜੀ ਥੈਂਕ ਯੂ ਵੈਰੀ ਮਚ ਰਖਸ਼ਾ ਸਾਹਿਬ ਵੈਰੀ ਜੀ ਕੀ ਭਤੈ ਏਸੀ ਸਰਦਾਰ ਸੁਜੀਤ ਸਿੰਘ ਰਖੜਾ ਜੀ ਹਾਂ ਅਸੀਂ ਇੱਕ ਗੱਲ ਇਹ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਅਮਰੀਕਾ ਕੈਨੇਡਾ ਦੇ ਵਿੱਚ ਜੋ ਇਹਨਾਂ ਦੀ ਗਵਾਈ ਹੇਠ ਵੱਡੀਆਂ-ਵੱਡੀਆਂ ਕਾਨਫਰੰਸਾਂ ਵੱਡੇ-ਵੱਡੇ ਕਾਠ ਹੋਏ ਪੰਜਾਬੀਆਂ ਨੇ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਦਾ ਦੁਬਾਰਾ ਜੋ ਲੜਫੜਿਆ ਮੈਂ ਸੋਨਦਾ ਕਿ ਇਹਨਾਂ ਨੇ ਲੰਬੇ ਅਰਸੇ ਤੋਂ ਬਾਅਦ ਜੋ ਸ਼ਰੋਮਣੀ ਕਲਦਲਦੀਆਂ ਸਰਗਰਮੀਆਂ ਦੇ ਵਿੱਚ ਇਹਨਾਂ ਦੇਸ਼ਾਂ 'ਚ ਠਹਿਰਾਈ ਸੀ ਉਹ ਠਹਿਰ ਹੁਣ ਖਤਮ ਹੋ ਚੁੱਕੀ ਆ ਅਤੇ ਲੋਕ ਜੁੜਨੇ ਸ਼ੁਰੂ ਹੋ ਗਏ ਨੇ ਆਸ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਾਰਟੀ ਆਪਣੇ ਵੱਲੋਂ ਪਹਿਲਾਂ ਨਾਲੋਂ ਵੀ ਵੱਧ ਚੜ ਕੇ ਪ੍ਰਵਾਸੀ ਪੰਜਾਬੀਆਂ ਦਾ ਹੱਥ ਫੜੇਗੀ ਤੇ ਉਹਨਾਂ ਨੂੰ ਵੱਧ ਤੋਂ ਵੱਧ ਜੋ ਵੀ ਸਰਕਾਰ ਬਣਾ ਤੇ ਪਹਿਲਾਂ ਦੀ ਤਰ੍ਹਾਂ ਬਾਤੋ ਬਾਤ ਉਹਨਾਂ ਦੀ ਮਦਦ ਕਰ ਸਕੇਗੀ ਜਾਂ ਉਹਨਾਂ ਦੇ ਜਿਹੜੇ ਅਧੂਰੇ ਕੰਮ ਨੇ ਉਹਨਾਂ ਨੂੰ ਪੂਰਾ ਕਰ ਸਕੇਗੀ ਤੇ ਇਸ ਦੇ ਨਾਲ ਹੀ ਅਮਰ ਸਿੰਘ ਪੁੱਲਰ ਨੂੰ ਅੱਜ ਦਾ ਪ੍ਰੋਮ ਸਵਾਗਤ ਕਰਨ ਦੀ ਇਜਾਜ਼ਤ ਦਿਓ ਅਗਲੇ ਹਫਤੇ ਅਸੀਂ ਕਿਸੇ ਹੋਰ ਮਹਿਮਾਨ ਦੇ ਨਾਲ ਫੇਰਾ ਜਰੂਵਾਂਗੇ ਪ੍ਰੋਮ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ